ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਇੰਡੀਆ ਤੋਂ। ਅੱਜ ਮੇਰਾ ਇੱਕ ਮੈਸੇਜ ਹੈਗਾ, ਠੀਕ ਹੈ। ਤੁਸੀਂ ਜਿਹੜੀ ਵੀਡੀਓ ਹੈ ਬਹੁਤ ਸ਼ੋਰਟ ਹੋਏਗੀ, ਪਰ ਇੱਕ ਮੈਸੇਜ ਹੈ। ਉਹ ਮੇਰੇ ਦੋਸਤ ਜਿਹੜੇ ਬਾਰ ਬਾਰ ਰਿਫਿਊਜ਼ਲ ਤੋਂ ਪਰੇਸ਼ਾਨ ਹੋ ਰਹੇ ਨੇ, ਠੀਕ ਹੈ, ਜਿਹੜੇ ਬਾਰ ਬਾਰ ਕੋਸ਼ਿਸ਼ ਕਰ ਰਹੇ ਨੇ ਅਲੱਗ ਅਲੱਗ ਕੰਟਰੀਆਂ ਲਈ ਵੀਜ਼ਾ ਨਹੀਂ ਲੱਗ ਰਿਹਾ। ਸੋ ਉਹਨਾਂ ਲਈ ਸਾਡੇ ਕੋਲ ਇੱਕ ਖਾਸ ਪ੍ਰੋਗਰਾਮ ਹੈਗਾ, ਕਿਉਂਕਿ ਹਰ ਕੰਟਰੀ ਦਾ ਇੱਕ ਸਿਸਟਮ ਹੁੰਦਾ ਵੀਜ਼ਾ ਦੇਣ ਦਾ ਦੋਸਤੋ, ਹੈ ਨਾ। ਹੋ ਸਕਦਾ ਜਿਹੜੀ ਤੁਹਾਡੀ ਪ੍ਰੋਫਾਈਲ ਹੈ ਉਹ ਕੈਨੇਡਾ ਵਾਸਤੇ ਫਿੱਟ ਨਾ ਬੈਠਦੀ ਹੋਵੇ, ਕਿਸੇ ਹੋਰ ਕੰਟਰੀ ਵਾਸਤੇ ਫਿੱਟ ਬੈਠਦੀ ਹੋਵੇ, ਜਾਂ ਜਿਹੜੀ ਕੰਟਰੀ ਜਿਵੇਂ ਤੁਸੀਂ UK ਕਰ ਰਹੇ ਹੋ, ਹੈ ਨਾ, UK ਤੁਹਾਨੂੰ ਵੀਜ਼ਾ ਨਹੀਂ ਦੇ ਰਿਹਾ, ਤੁਸੀਂ ਵਾਰ ਵਾਰ UK ਅਪਲਾਈ ਕਰਨ ਦੇ ਨਾਲੋਂ ਬਿਹਤਰ ਹੈ ਕਿ ਕੋਈ ਹੋਰ ਕੰਟਰੀ ਟਰਾਈ ਕਰ ਲਓ। ਸੋ ਜੋ ਸਾਡਾ ਐਕਸਪੀਰੀਅੰਸ ਹੈ, ਜੋ ਤੁਹਾਡੇ ਪੇਪਰ ਨੇ ਉਹਦੇ ਮੁਤਾਬਕ ਅਸੀਂ ਤੁਹਾਨੂੰ 100% ਵੀਜ਼ਾ ਲੈ ਕੇ ਦੇ ਸਕਦੇ ਨੇ, ਪਰ ਇਹਦੇ ਵਾਸਤੇ ਤੁਹਾਨੂੰ ਜਿਹੜਾ ਹੈਗਾ ਥੋੜ੍ਹਾ ਵੇਟ ਕਰਨੀ ਪੈਂਦੀ ਹੈ, ਥੋੜ੍ਹਾ ਸਬਰ ਰੱਖਣਾ ਪਊਗਾ। ਸੋ ਇੱਕ ਵਾਰੀ ਮਿਲ ਜ਼ਰੂਰ ਲਿਓ ਜਿਹੜੇ ਬਾਰ ਬਾਰ ਰਿਫਿਊਜ਼ਲ ਤੋਂ ਪਰੇਸ਼ਾਨ ਨੇ, ਜਿਨ੍ਹਾਂ ਦੀ ਬਹੁਤ ਵਾਰੀ ਹੁਣ ਤੱਕ ਰਿਫਿਊਜ਼ਲ ਆ ਚੁੱਕੀ ਹੈਗੀ ਹੈ, ਔਰ ਜਿਹੜੇ ਇਹ ਉਮੀਦ ਛੱਡ ਚੁੱਕੇ ਹੈਗੇ ਨੇ, ਹੈ ਨਾ, ਵੀ ਅਸੀਂ ਵੀਜ਼ਾ ਤੁਹਾਨੂੰ ਨਹੀਂ ਮਿਲਦਾ। ਸੋ ਉਹਨਾਂ ਵਾਸਤੇ ਸਾਡੀ ਇੱਕ ਔਫਰ ਹੈਗੀ ਹੈ, ਤੁਸੀਂ ਸਾਨੂੰ ਮਿਲ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਰ ਵਾਰ ਪੈਸੇ ਖਰਾਬ ਹੋ ਰਹੇ ਨੇ, ਜਿਨ੍ਹਾਂ ਦੀ ਪ੍ਰੋਫਾਈਲ ਤੁਹਾਨੂੰ ਲੱਗਦਾ ਕਿ ਤੁਹਾਡੀ ਪ੍ਰੋਫਾਈਲ ਅੱਛੀ ਹੈ, ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਹੈਗਾ, ਸੋ ਇੱਕ ਵਾਰੀ ਮਿਲ ਜ਼ਰੂਰ ਲਿਓ, ਔਰ ਮਿਲਣ ਤੋਂ ਪਹਿਲਾਂ ਸਾਡਾ ਇੱਕ ਵਾਰੀ ਪ੍ਰੋਫਾਈਲ ਚੈੱਕ ਜ਼ਰੂਰ ਕਰ ਲਿਓ। ਜਿਹੜਾ ਸਾਡਾ ਚੈਨਲ ਹੈਗਾ ਜਾਂ ਜੋ ਫੇਸਬੁੱਕ 'ਚ ਜਿਹੜਾ ਪੇਜ ਹੈ, ਸਕਰੋਲ ਕਰਕੇ ਦੇਖ ਲਿਓ, ਸਾਡੇ ਬਾਰੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਤੁਹਾਡੀ ਕਿੰਨੀ ਕੁ ਹੈਲਪ ਕਰ ਸਕਦੇ ਹੈਗੇ ਹੈ, ਸਾਡੇ ਕਿੰਨੇ ਕੁ ਵੀਜ਼ੇ ਲੱਗਦੇ ਨੇ। ਸੋ ਉਹ ਮੇਰੇ ਦੋਸਤ ਜਿਹੜੇ ਵਾਰ ਵਾਰ ਪਰੇਸ਼ਾਨ ਹੋ ਰਹੇ ਨੇ, ਜਾਂ ਜਿਹੜੇ ਚਾਹੁੰਦੇ ਕਿ ਸਾਡਾ ਵੀਜ਼ਾ ਰਿਜੈਕਟ ਨਾ ਹੋਵੇ, ਪਹਿਲੀ ਵਾਰੀ ਮਿਲਣਾ ਚਾਹੁੰਦੇ ਹੈ, ਉਹ ਸਾਨੂੰ ਮਿਲ ਸਕਦੇ ਹੋ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਖਰਚਾ ਨਾ ਹੋਣ ਦੇਈਏ, ਪੈਸੇ ਵੀ ਭਾਵੇਂ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ।